ਬੜਾਏ ਵਿੱਚ ਸਿੱਖਾਂ ਨੂੰ ਕਿਵੇਂ ਖਤਮ ਕਰੀਏ ਸਿੱਖ ਕਿਵੇਂ ਕਾਬੂ ਆਉਣਗੇ ਸਿੱਖਾਂ ਦੇ ਖਤਮ ਕਰਨ ਦਾ ਢੰਗ ਤਰੀਕਾ ਕੀ ਹੈ ਇਹ ਸੋਚਾ ਸੋਚਦੇ ਸੋਚਦੇ ਉਹਦੀਆਂ ਅੱਖਾਂ ਜਗਰੀਆ ਖਾਨ ਦਾ ਇਹ ਉਹਦਾ ਬੇਟਾ ਸੀ ਸਬਦ ਖਾਨ ਦਾ ਅਬਦੁਲ ਸਬਦ ਖਾਨ ਦਾ ਜਗਰੀਆ ਖਾਨ ਜਦੋਂ ਸੌਣੀ ਖਾ ਗਈ ਉਹ ਕਹਿੰਦਾ ਵੀ ਸਮਝ ਲਓ ਵੀ ਮੈਂ ਪਾਣੀ ਤਾਂ ਪੀਣਾ ਵੀ ਸਿੱਖ ਕੌਮ ਨੂੰ ਖਤਮ ਕਰਕੇ ਪੀਣਾ ਜਗਰੀਆ ਖਾਨ ਐਸਾ ਇੱਥੋਂ ਤੱਕ ਢੰਗ ਤਰੀਕਾ ਵਰਤਿਆ ਜਗਰੀਆ ਖਾਨ ਨੇ ਵੀ ਜੇ ਕੋਈ ਸਿੱਖ ਦੀ ਸੂਹ ਦੇਊਗਾ ਨਾ ਉਹਨੂੰ 10 ਰੁਪਏ ਇਨਾਮ ਮਿਲਣਗੇ 10 ਰੁਪਏ ਜੇ ਕੋਈ ਸਿੱਖ ਨੂੰ ਫੜ ਕੇ ਲਿਆਊਗਾ ਉਹਨੂੰ 20 ਰੁਪਏ ਮਿਲਣਗੇ ਸਿਰ ਵੱਟ ਕੇ ਲਿਆਊਗਾ ਉਹਨੂੰ ਇੱਕ ਬਿਸਤਰਾ ਮਿਲੂਗਾ ਬਿਸਤਰਾ ਮਿਲੂਗਾ ਤੇ ਜਿਹੜੇ ਲਾਲਚੀ ਲੋਕ ਸੀ ਹਰਾਮ ਤੋਂ ਲੋਕ ਸੀ ਮੈਂ ਨਹੀਂ ਕਹਿੰਦਾ ਕਿਉਂਕਿ ਸਭ ਕਹਿੰਦੇ ਨੇ ਅਸਾਂ ਕਿ ਚੋਰ ਹਰਾਮ ਸਾਹਿਬ ਦੀ ਬਾਣੀ ਕਹਿੰਦੀ ਹੈ ਉਹ ਹੁਜਦਾ ਲਾਉਣ ਵਾਲੇ ਲੋਕ ਹਰਾਮੀ ਲੋਕ ਉਹਨਾਂ ਨੇ ਸਿੱਖਾਂ ਦੀਆਂ ਸੂਹਾਂ ਦੇਣ ਲੱਗ ਪਏ ਉੱਥੇ ਦੋ ਸਿੱਖ ਬੈਠੇ ਨੇ ਉੱਥੇ ਪੰਜ ਸਿੱਖ ਬੈਠੇ ਨੇ ਉਹਦੇ ਦੱਸ ਨਹੀਂ ਉਦੋਂ ਦੇ ਸਿੱਖ ਨੇ ਯਾਦ ਕਰੋ ਵੀ ਗੁਰੂ ਨਾਨਕ ਸਾਹਿਬ ਨੂੰ ਪਿਤਾ ਨੇ 20 ਰੁਪਏ ਦਿੱਤੇ ਸੀ ਐਡੀ ਵੱਡੀ ਦੁਕਾਨ ਪਾਉਣ ਵਾਸਤੇ 20 ਉਹਦਾ ਜਵਾਬ ਕਰਦਾ ਵੀ 20 ਰੁਪਏ ਦਾ ਕੁਝ ਵੀ ਨਹੀਂ ਆਉਂਦਾ ਉਸ ਵੇਲੇ ਅੱਗੇ ਸਿੱਖਾਂ ਦਾ ਖੁਰਾ ਬੋਝ ਪਟਾਉਣ ਦੀ ਉਹਨੇ ਸੌਂ ਖਾ ਲਈ ਇਸ ਤਰ੍ਹਾਂ ਵੀ ਮੈਂ ਪੰਜਾਬ ਦੇ ਵਿੱਚ ਸਿੱਖ ਨਹੀਂ ਰਹਿਣ ਦੇਣਾ ਸਿੱਖ ਨਾਂ ਦਾ ਸ਼ਬਦ ਉਹ ਸੁਣਨਾ ਨਹੀਂ ਸੀ ਪਸੰਦ ਕਰਦਾ ਜਦੋਂ ਜਕਰੀਆ ਖਾਨ ਵੀ ਚਲਾ ਗਿਆ ਫਿਰ ਉਹਦਾ ਬੇਟਾ ਯਹੀਆ ਖਾਨ ਅਤਿਆਚਾਰਾਂ ਦੀ ਉਸਨੇ ਵੀ ਹਾਜ਼ਰੀ ਕਰ ਦਿੱਤੀ ਸੋ ਉਸ ਵੇਲੇ ਜਦੋਂ ਅਬਦਾਲੀ ਨੇ ਪੰਜਾਬ ਦੇ ਉੱਤੇ ਉਹ 5 ਹਮਲੇ ਕਰ ਚੁੱਕਿਆ ਸੀ ਪੰਜਾਬ ਵਾਲੀ ਤਰ੍ਹਾਂ ਅਬਦਲ ਦਾਸ ਭਾਰਤ ਉਸਨੇ ਫਿਰ ਅਬਦਾਲੀ ਨੂੰ ਸੱਦਾ ਦਿੱਤਾ ਜਦੋਂ ਅਬਦਾਲੀ 6ਵੀਂ ਵਾਰ ਪੰਜਾਬ ਚ ਆਇਆ ਹਮਲਾ ਕਰਨ ਵਾਸਤੇ ਇੱਥੇ ਹਮਲਾ ਕਰਨ ਵਾਸਤੇ ਜਦੋਂ ਆਇਆ ਨਾ ਜੰਡਿਆਲੇ ਦੇ ਰਹਿਣ ਵਾਲਾ ਮਹੰਤ ਆਕਲ ਦਾਸ ਤੇ ਉਹਦੇ ਬੱਚੇ ਵੀ ਨੌਜਵਾਨ ਇਸ ਤਰ੍ਹਾਂ ਜਦੋਂ ਉਹ 5 ਫਰਵਰੀ ਨੂੰ ਇੱਥੇ ਆਇਆ ਸਿੱਧਾ ਨੂੰ ਪਤਾ ਲੱਗਿਆ ਵੀ ਅਬਦਾਲੀ ਆ ਗਿਆ ਸਿੱਧਾ ਨੂੰ ਪਤਾ ਲੱਗਿਆ ਵੀ ਅਬਦਾਲੀ ਇੱਧਰ ਆ ਗਿਆ ਉਹ ਸਿੱਧਾ ਨੇ ਬੈਠ ਕੇ ਤੱਕ ਪਹੁੰਚੂਗਾ ਉਦੋਂ ਤੱਕ ਆਪਾਂ ਬੰਦੋਬਸਤ ਕਰਨਾ ਪਰ ਉਹ ਰਾਜੇ ਦੀ ਗੱਲ ਵੀ ਉਹਨੇ 150 ਕਿਲੋਮੀਟਰ ਕਿਵੇਂ 150 ਮੀਲ ਬੋਦਰਾ ਜੀ ਤੈਅ ਕਰਕੇ 150 ਮੀਲ ਉਹ ਇੱਥੇ ਪਹੁੰਚ ਗਿਆ ਸਿੰਘ ਅਜੇ ਆਪਣੀ ਪੂਰੀ ਵਿਦੇਸ਼ੀ ਮਤਲਬ ਇੰਨੀ ਤਿਆਰੀ ਕੀਤੀ ਕਿ ਸਾਹਮਣੇ ਦੁਸ਼ਮਣ ਹੈ ਇੱਕਦਮ ਉਹਨਾਂ ਨੇ ਹੁਣ ਛੋਟੇ ਛੋਟੇ ਅਬਦਾਲੀ ਨੇ ਆਪਣੀ ਫੌਜ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਲਿਆ ਤਿੰਨ ਟੁਕੜੇ ਕਬਾੜੀ ਮੰਨਦਾ ਹੈ ਪੈਰ ਕਰਦਾ ਸੁਣਦਾ
ਜਾਂ ਸਾਡੀ ਫੋਟੋ ਕਰਦੇ ਮਗਰ ਇੱਥੇ ਖੜੇ ਨੇ ਪਈ ਨੇ ਕਹਣਾ ਇਹ ਕੀ ਕਰਦੇ ਹੋ
I
جو کا کرپا کرائے
कहा बुद्ध प्रभु तुच्छ हमारी बन सके महिमा जो तुहारी हमारी आप ले हो तुम कथा सुधारी वाहिगुरु जी का खालसा वाहिगुरु जी की फतेह सतगुरां दा खास रूप खालसा सत संगत वड्डियां पाबां वाले हो जो गुरु महाराज जी की Thank you.
Thank you.
कबीर जिस मन ते जग डरे जिस मन ते जग डरे मेरे मन आनंद मन ही दे पाई है जेकर सहज मनो ना बिसरे ता सहला मरना होए मित्र प्यारे नू हाल मुरीदा दा कहना तुझ बिन रोक रयाना सूल सुराही कजर प्याला पिंग कसाना दा सहना जारड़े दा सन सत्थर चंगा पट खेड़े आदा रहना मित्र प्यारे नूंगे
ਪਰਮਸਤਾਰ ਜੋ ਮਹਾਨ ਸਿੱਧਾਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਜੁੜ ਬੈਠੀ ਸਾਹ ਸਾਹਿਬ ਜੀ ਫਤਿਹ ਹੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਾ ਗੁਰਦੁਆਰਾ 5 फरवरी 1762 ਇਸ ਸਥਾਨ ਤੇ ਸਾਡਾ ਖਾਲਸਾ ਬਹੀਰ ਸਮੇਤ ਬੱਚਿਆਂ ਸਮੇਤ ਬਜ਼ੁਰਗਾਂ ਸਮੇਤ ਉਹਨੂੰ ਪਤਾ ਸੀ ਬੱਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਵੀ ਇੱਥੇ ਮਲੇਰਕੋਟਲੇ ਦੇ ਨੇੜੇ ਹਾਰਾ ਨਾਰਾ ਮਾਰਿਆ ਸੀ ਨਵਾਬ ਸ਼ੇਰ ਮੁਹੰਮਦ ਨੇ ਕਿਹਦੇ ਵਾਸਤੇ ਬਾਬੇ ਸਾਹਿਬਜ਼ਾਦਿਆਂ ਵਾਸਤੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਜਗਤ ਮਾਤਾ ਗੁਜਰੀ ਸਾਹਿਬ ਜੀ ਹੋ ਧੰਨ ਸਾਰੇ ਬਾਬਾ ਬੰਦਾ ਸਿੰਘ ਜੀ ਬਹਾਦਰ ਔਰ ਬਾਬਾ ਮੋਤੀ ਰਾਮ ਜੀ ਮਹਿਰਾ ਜਿਨ੍ਹਾਂ ਨੇ ਬਾਬੇ ਸਾਹਿਬਜ਼ਾਦਿਆਂ ਨੂੰ ਔਖੀ ਘੜੀ ਦੇ ਵਿੱਚ ਆਪਣੇ ਪਰਿਵਾਰ ਤੋਂ ਇਤਿਹਾਸ ਦੇ ਸਰੋਤ ਦੱਸਦੇ ਨੇ ਕਿ ਪੰਜਾਬ ਵੀ ਘਰੋਂ ਲੈ ਗਏ ਪਹਿਲੇ ਦਰਾਂ ਨੂੰ ਪੰਜ ਰੁਪਈਏ ਦੇ ਕੇ ਜਗਤ ਮਾਤਾ ਗੁਜਰੀ ਸਾਹਿਬ ਜਦੋਂ ਮੋਤੀ ਬਾਬਾ ਮੋਤੀ ਮਹਿਰਾ ਦਾ ਆਵਾਜ਼ ਫੜ ਤੋਂ ਖੜਾਕ ਪੈਣਾ ਮਾਤਾ ਜੀ ਕਹਿੰਦੇ ਕੌਣ ਜਗਤ ਮਾਤਾ ਠੰਡੇ ਬੁਰਜ ਬੈਠੇ ਨੇ ਸਰਦੀ ਕਹਿਰਦੀ ਹੈ ਸਾਡੇ ਚੀਰ ਵੀ ਹਮਨੇ ਲੰਘਿਆ ਸਮਾਗ ਭੁੱਲਿਆ ਨਾ ਕਰੋ ਗੁਰੂ ਪਿਆਰਿਓ ਆਪਣੇ ਕਲਾ ਵਿੱਚ ਨਹੀਂ ਬੈਠੇ ਨੇ ਮਾਤਾ ਜੀ 7 ਤੇ 9 ਸਾਲ ਦੇ ਬਾਬੇ ਸਾਹਿਬਜ਼ਾਦਿਆਂ ਮਾਤਾ ਜੀ ਕਹਿੰਦੇ ਕੌਣ ਕਹਿੰਦਾ ਮਾਤਾ ਜੀ ਮੈਂ ਤੁਹਾਡਾ ਪੁੱਤਰ ਮੋਤੀ ਜੇ ਪੁੱਤਰ ਕਿਹਾ ਨਾ ਮਾਤਾ ਜੀ ਨੂੰ ਗਿਰ ਜਾਏ ਮਾਤਾ ਜੀ ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਮੈਂ ਜੇ ਵਜੀਦ ਖਾਂ ਦੇ ਲੰਗਰ ਵਿੱਚ ਹਿੰਦੂ ਲੋਕਾਂ ਨੂੰ ਜਿਹੜੇ ਹਿੰਦੂ ਮੁਜਰਮ ਹੁੰਦੇ ਨੇ ਉਹਨਾਂ ਦਾ ਮੈਂ ਭੋਜਨ ਤਿਆਰ ਕਰਦਾ ਹਾਂ ਭੋਜਨ ਛਕਾਉਣਾ ਮੈਂ ਬਣਾ ਕੇ ਤੇ ਮਾਤਾ ਜੀ ਮੈਂ ਦੁੱਧ ਦੇ ਕੇ ਲਿਆ ਜਗਤ ਮਾਤਾ ਨੇ ਪਹਿਲਾਂ ਬਾਬੇ ਸਾਹਿਬਜ਼ਾਦਿਆਂ ਨੂੰ ਮਿਲਿਆ ਦੇਖੋ ਮਾਤਾ ਦੀ ਆਪਾਂ ਸਾਰੇ ਬੈਠੇ ਹਾਂ ਕੋਈ ਕਹੇ ਮੈਂ ਵੀ ਪਰਿਵਾਰ ਵਾਲਾ ਗੁਰੂ ਕਹਿ ਰਹੇ ਹੋ ਆਪਾਂ ਸਾਰੇ ਪਰਿਵਾਰ ਵਾਲੇ ਹਾਂ ਮਾਤਾ ਨੇ ਜਗਤ ਮਾਤਾ ਨੇ ਬਾਬੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਆਪ ਵੀ ਲੋੜ ਮੁਤਾਬਕ ਛਕਿਆ ਪਰ ਦਿਨ ਸੁਪਨੇ ਸੁਪਨ ਨਾਹੀਂ ਦੇਖ ਇਹ ਵਿਚਾਰ ਦੇਖ ਮਨ ਨਾਹੀਂ ਪਰਾਏ ਦੀਨ ਗੁਰੂ ਪਿਆਰ ਬਾਹਰ ਪਰਾਏ ਬੈਠਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖੀ ਤਾਂ ਜਿਉ ਸਰੀਰੋਂ ਬਾਣੀ ਦੇ ਵਿੱਚ ਸਾਨੂੰ ਮਿਲ ਰਹੇ ਨੇ ਗੁਰੂ ਪਿਆਰ ਇਹ ਸ਼ਬਦ ਕਹਿੰਦੇ ਜੇ ਪਰਾਏ ਬਾਹਰ ਉਧਰੇ ਬੈਠਣਾ ਪੈ ਜੇ ਜਿਹਦਾ ਮੈਨੂੰ ਮੌਤ ਵੀ ਚੰਗੀ ਹੈ ਬਾਣੀ ਦਾ ਸਰੀਆ ਗੁਰੂ ਪਿਆਰ ਉੱਥੋਂ ਗੁਰੂ ਪਿਆਰਿਓ ਕਿਉਂਕਿ ਇਹ ਸਾਡਾ ਸ਼ਹੀਦੀ ਸਮਾਗਮ ਹੈ ਬਾਬੇ ਸਾਹਿਬਜ਼ਾਦਿਆਂ ਦੀ ਉਹ ਕੁਰਬਾਨੀ ਅਸੀਂ ਲੰਗਰ ਬਹੁਤ ਲਾਉਂਦੇ ਹਾਂ ਹੋਰ ਬੜੀਆਂ ਪ੍ਰਦਰਸ਼ਨੀਆਂ ਕਰਦੇ ਹਾਂ ਪਰ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਮੇਰੇ ਵੀਰਾਂ ਨੂੰ ਬੱਚਿਆਂ ਨੂੰ ਆਏ ਸਾਲ ਮਨਾਉਂਦੇ ਸਾਡੇ ਨਗਰ ਚੋਂ ਵੀ ਲੰਗਰ ਜਾਂਦਾ ਹੈ ਦਲਬੇ ਤੋਂ ਦੀਵਾਨ ਟੋਡਰ ਮਾਰਦੀ ਹਵੇਲੀ ਚ ਲੱਗਦਾ 4-5 ਦਿਨ ਲੱਗਦਾ ਲੰਗਰ ਪਰ ਮੈਂ ਹੱਥ ਜੋੜ ਕੇ ਰਿਕੁਐਸਟ ਕਰਦਾ ਬੇਨਤੀ ਕਰਦਾ ਗੁਰੂ ਪਿਆਰਿਓ ਨੌਜਵਾਨਾਂ ਨੌਜਵਾਨੋ ਬਾਬੇ ਸਾਹਿਬਜ਼ਾਦੇ 7 ਸਾਲ ਦੇ ਤੇ 9 ਸਾਲ ਦੇ ਨੀਹਾਂ ਚ ਖੜ ਕੇ ਆਪਣਾ ਧਰਮ ਕਰਮ ਲੈ ਕੇ ਕੁਰਸੀ ਵੱਲ ਉਹ ਵੀ ਝਾਕ ਕੇ ਕੁਰਸੀ ਡਾਹੀ ਦੀ ਪੀਲੀ ਦੀ ਵਜੀਦੇ ਨੇ ਕੁਰਸੀ ਨੂੰ ਤਿਆਗ ਕਰਿਆ ਨੰਬਰ 2 ਮਾਇਆ ਦੀਆਂ ਥੈਲੀਆਂ ਰੱਖੀਆਂ ਮਾਇਆ ਦੇ ਡੋਲੇ
ਕਹਿੰਦੇ ਤੁਹਾਨੂੰ ਬੇਗਮਾਂ ਵਿਆਹ ਦਾਂਗੇ ਔਰੰਗਜ਼ੇਬ ਉਹ ਵਜ਼ੀਰਾਂ ਦੇ ਅਕਸ਼ਨ ਬੜੇ ਬੜੇ ਮੁਸਲਮਾਨਾਂ ਦੇ ਵਜ਼ੀਰਾਂ ਦੇ ਵਿਆਹਾਂਗੇ ਪਰ ਨੋਟ ਕਰਿਓ ਨੌਜਵਾਨੋ ਬੀਬੀ ਭੈਣਾਂ ਬੱਚੇ ਤੁਸੀਂ ਬੈਠੇ ਹੋ ਬਾਬੇ ਸਾਹਿਬਜ਼ਾਦਿਆਂ ਨੇ 7 ਤੇ 9 ਸਾਲ ਦੀ ਉਮਰ ਹੈ ਉਮਤਾ ਗੁਰੂ ਭਾਵੇਂ ਸਾਹਿਬਜ਼ਾਦੇ ਬਾਬੇ ਦਸ਼ਮੇਸ਼ ਪਿਤਾ ਦੇ ਆਂਛਣੇ ਗੁਰੂ ਪਿਆਰੂ ਬਿੰਦੀ ਪੁੱਤਰ ਨੇ ਪਰ ਆਖਿਰਕਾਰ ਗੁਰੂ ਪਿਆਰੂ ਉਮਰ ਤਾਂ ਉਮਰ ਹੀ ਹੁੰਦੀ ਹੈ ਬਾਬਾ ਸਾਹਿਬ ਫਤਿਹ ਸਿੰਘ ਜਵਾਬ ਦਿੰਦਾ ਸੀ ਕਿ ਕਹਿਰੀ ਚ ਉਹੀ ਬੋਲਦਾ ਸੀ ਗੁਰੂ ਪਿਆਰਿਓ ਤੇ ਇੱਕ ਬੇਨਤੀ ਕਰਦਿਆਂ ਨੌਜਵਾਨਾਂ ਨੂੰ ਕਿ ਨੌਜਵਾਨੋ ਆਪਣਾ ਸਰੂਰ ਜਿਹੜਾ ਪਿੱਛੇ ਪਛੜਿਆ ਹੋਇਆ ਅਸੀਂ ਕੇਸ ਕਤਲਾਂ ਬਹੁਤ ਕਰਦੇ ਹਾਂ ਅੱਜ ਨੌਜਵਾਨ ਲੜਕੀਆਂ ਬੀਬੀਆਂ ਹੋਰ ਇਸ ਤਰ੍ਹਾਂ ਦੇ ਪਾਜੇ ਸਲਵਾਰਾਂ ਕੁੜਤੀਆਂ ਵਗੈਰਾ ਉਹ ਬੱਚੇ ਉਹ ਧੀ ਉਹ ਬੇਟੀ ਉਹ ਇਹ ਸਰੀਰ ਦੀ ਕੋਈ ਬਰਦਾਸ਼ਤ ਨਹੀਂ ਕਰਨੀ ਹੈ ਆਪਾਂ ਨੇ ਇਹ ਤਾਂ ਇੱਕ ਦਿਨ ਬਸ ਇਹੀ ਹੋ ਜੂ ਪਤਾ ਚੱਲਣਾ ਕਦੋਂ ਇਹਨੇ ਇਹਦਾ ਅੰਤ ਹੋ ਜਾਣਾ ਮੁੜੋ ਗੁਰੂ ਪਿਆਰਿਓ ਬੱਚਿਓ ਬੱਚਿਓ ਕੇਸ ਰੱਖੋ ਆਪਣੇ ਵਿਰਸੇ ਨਾ ਭੁੱਲੋ ਆਪਣਾ ਪੰਜਾਬੀ ਵਿਰਸਾ ਅਪਣਾਓ ਸਾਡੀਆਂ ਮਾਵਾਂ ਨੇ ਬੀਬੀ ਸ਼ਰਨ ਕੌਰ ਨੇ ਮਾਤਾ ਭਾਗੋ ਨੇ ਉਹ ਬਾਣੇ ਪਾਏ ਸੀ ਗੁਰੂ ਪਿਆਰਿਓ ਸਲਵਾਰ ਰੇਹ ਪਜਾਮੀਆਂ ਹੁੰਦੀਆਂ ਸੀ ਗੁਰੂ ਪਿਆਰਿਓ ਅੱਜ ਦੀ ਇਹ ਬੇਟੀਆਂ ਕੀ ਕਰ ਰਹੀਆਂ ਆਪਾਂ ਕਿੱਧਰ ਜਾ ਰਹੇ ਹਾਂ ਕਿਹੜਾ ਸਮਾਜ ਦੀ ਸਿਰਜਣਾ ਕਰ ਰਹੇ ਹਾਂ ਤੋ ਮੈਂ ਤੈਂ ਵੀ ਮੇਰਾ ਤਕਰੀਬਨ ਲੱਗ ਗਿਆ ਸਾਰੇ ਬੋਲੇ ਬੀਬੀਆਂ ਸਾਰੇ ਬੋਲਿਓ ਤੇ ਮਾਤਾ ਜਗਤ ਮਾਤਾ ਗੁਰਜੀਤ ਸਾਹਿਬ ਕੀ ਕਹਿੰਦੇ ਨੇ
Thank you.
ਬਿਨ ਸੰਗਤ ਮੈਲ ਭਰੀਜੈ ਜੀਉ ਪਰਮ ਸਤਕਾਰ ਲੋ ਸਤਿਗੁਰਾਂ ਦੇ ਪਿਆਰ ਵਿੱਚ ਰੰਤੀ ਹੋਈ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਰਬੰਸ ਸੰਗਤ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਆਪਾਂ ਸਾਰੇ ਮਹਾਂਪੁਰਖਾਂ ਦੇ ਇਸ ਅਸਥਾਨ ਦੇ ਉੱਤੇ ਸ਼ਹੀਦਾਂ ਨੂੰ ਸਿਜਦਾ ਕਰਨ ਵਾਸਤੇ ਆਏ ਹਰ ਰੋਜ਼ ਅਰਦਾਸ ਕਰਿਆ ਕਰੋ ਦੇਸ਼ ਸੇਵਾ ਵਰ ਮੋਹੇ ਕਿਹਾ ਸੋ ਕਰਮ ਅੰਤੇ ਕਲ ਹੋ ਨਾ ਕਰੋ ਨਾ ਡਰੋ ਸਮਝਾ ਵਜਾਏ ਡਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਔਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੋ ਯਾ ਆਪ ਕੀ ਔਦ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਲੂਸ ਮਰੋ ਬਾਜਾ ਵਾਲੇ ਸਤਿਗੁਰੂ ਸਾਨੂੰ ਜਾਂਚ ਸਿਖਾਉਂਦੇ ਹੈ ਕਿਰਪਾ ਕਰਦੇ ਹੈ ਰਹਿਮਤ ਕਰਦੇ ਹੈ ਉਹਨਾਂ ਦੇ ਬੋਲ ਵਿੱਚ ਦਮ ਸੀ ਚਮਕੌਰ ਦੀ ਗੜੀ ਦੇ ਵਿੱਚ ਜਦੋਂ 10 ਲੱਖ ਫੌਜਾਂ ਨੇ ਘੇਰਾ ਪਾਇਆ ਤੇ ਸਤਿਗੁਰੂ ਨੇ 40 ਕੁ ਸਿੰਘ ਨਾਲ ਸੀ 40 ਕੁ ਸਿੰਘਾਂ ਨੂੰ ਮੁਖਾਤਬ ਹੁੰਦੇ ਹੈ ਜੋਸ਼ ਭਰਦੇ ਹੈ ਜੋਸ਼ ਕਿਵੇਂ ਭਰਦੇ ਹੈ ਕੋਈ ਢਿੱਲੀਆਂ ਗੱਲਾਂ ਨਹੀਂ ਸੀ ਜਿਵੇਂ ਅੱਜ ਦੀ ਦੁਨੀਆਂ ਕਰਦੀ ਹੈ ਜਦੋਂ ਬਾਜਾ ਵਾਲੇ ਬੋਲਦੇ ਹੋਣਗੇ ਡੋਲੇ ਫੜਕਦੇ ਹੋਣਗੇ ਇੱਥੇ 35,000 ਸਿੰਘ ਸ਼ਹੀਦ ਹੋਇਆ ਉਹ ਕਲਗੀਧਰ ਦਸ਼ਮੇਸ਼ ਪਿਤਾ ਦੇ ਥਾਪੜੇ ਵਾਲੇ ਸੀ ਉਹਨਾਂ ਨੂੰ ਗੁੜਤੀ ਮਿਲੀ ਹੋਈ ਸੀ ਸ਼ਹੀਦ ਕੌਣ ਹੁੰਦਾ ਹੈ ਜਿਹਦੇ ਕੋਲ ਸਿਮਰਨ ਹੋਵੇ ਬੰਦਗੀ ਹੋਵੇ ਇਬਾਦਤ ਤੋਂ ਬਿਨਾਂ ਕਦੇ ਵੀ ਸ਼ਹਾਦਤ ਨਹੀਂ ਹੁੰਦੀ ਜਿਨ੍ਹਾਂ ਦੇ ਕੋਲ ਬੰਦਗੀ ਹੈ ਪਰਮੇਸ਼ਰ ਦਾ ਪਿਆਰ ਹੈ ਉਹ ਸਤਿਗੁਰੂ ਵਾਸਤੇ ਸ਼ਹੀਦੀਆਂ ਪਾਉਂਦੇ ਹੈ ਸ਼ਹੀਦੀਆਂ ਪਾਉਣ ਵਾਸਤੇ ਬਾਜਾਂ ਵਾਲੇ ਸਤਿਗੁਰੂ ਆਪ ਕਲਾ ਵਰਤਾਉਂਦੇ ਹੈ ਕਹਿੰਦੇ 10 ਲੱਖ ਦਾ ਘੇਰਾ ਪਿਆ ਹੋਇਆ ਹੈ ਢਾਡੀ ਸਿੰਘ ਬੈਠੇ ਆ ਬੀਬੀਆਂ ਬੈਠੀਆਂ ਨੇ ਗਾਉਣ ਵਾਲੀਆਂ ਢਾਡੀ ਵਾਲਾ ਜਿਹੜੇ ਗਾਉਂਦੀਆਂ ਨੇ ਬੇੜਾ ਮੇਰਾ ਮਨ ਬੜਾ ਖੁਸ਼ ਹੁੰਦਾ ਇਹਨਾਂ ਨੂੰ ਦੇਖ ਕੇ ਪਰ ਇਹ ਵੀ ਕੀ ਕਰਨ ਵਿਚਾਰੇ ਆਹ ਹੁਣ ਬੋਲਦੇ ਸੀ ਕਿਹੜੇ ਤੜਕੇ ਦੇ ਉਡੀਕ ਕੇ ਕਰਦੇ ਆ ਗੱਜ ਕੇ ਆਖੋ ਸਤਨਾਮ ਗੁਰਮੁਖੋ ਸਾਧੂਆਂ ਦੀ ਸਟੇਜ ਹੁੰਦੀ ਹੈ ਨਾ ਜਦੋਂ ਢਾਡੀ ਚੱਲਦੇ ਨੇ ਮੈਂ ਢਾਡੀਏ ਚੱਲਦੇ ਆ ਲਗਾਤਾਰ ਜਦੋਂ ਬਾਬੇ ਹੁੰਦੇ ਆ ਮਹਾਂਪੁਰਖ ਹੁੰਦੇ ਆ ਰੱਬ ਦੇ ਪਿਆਰੇ ਹੁੰਦੇ ਆ ਨਾ ਉਹਦੇ ਵਿੱਚ ਵੀ ਅਗਰ ਆਪਾਂ ਕਵਿਤਾ ਪੜ੍ਹਨ ਦਾ ਟਾਈਮ ਦੇ ਦਈਏ ਵਾਰ ਪੜ੍ਹਨ ਦਾ ਟਾਈਮ ਦੇ ਦਈਏ ਫਿਰ ਸਾਧ ਸੰਗਤ ਜੀ ਦੁਆਰਾ ਅਲੰਕਾਰ ਬਣਨਾ ਮੁਸ਼ਕਲ ਹੁੰਦਾ ਇਸ ਕਰਕੇ ਮੈਂ ਕਿਹਾ ਸੀ ਮੈਨੂੰ 10 ਮਿੰਟ ਦੇ ਦਿਓ ਕੋਈ ਗੱਲ ਨੀ 10 ਮਿੰਟ ਬਹੁਤ ਨੇ ਜੇ ਨਿਸ਼ਾਨੇ ਦੇ ਉੱਤੇ ਲੱਗ ਜਾਣ ਜੇ ਕਿਸਾਨਾਂ ਨਹੀਂ ਹੈ ਭਾਵੇਂ ਘੰਟਾ ਤਰਲਾ ਮਾਰਦਾ ਰਹੇ ਕੋਈ ਭਾਈ ਸਤਿਗੁਰੂ ਬਾਜਾਂ ਵਾਲੇ ਗੜੀ ਚਮਕੌਰ ਦੇ ਵਿੱਚ ਤੁਹਾਨੂੰ ਪਿਆਰ ਦੀਆਂ 2 ਗੱਲਾਂ ਸੁਣਾ ਦਿਆਂ ਕਿਵੇਂ ਬਾਜਾਂ ਵਾਲੇ ਸਤਿਗੁਰੂ ਕਹਿੰਦੇ ਖਾਲਸਾ ਜੀ ਅਨੰਦਪੁਰ ਸਾਹਿਬ ਦੇ ਵਿੱਚ ਤੁਹਾਡੇ ਨਾਲ ਵਚਨ ਕੀਤਾ ਸਵਾ ਲੱਖ ਸੇ ਏਕ ਲੜਾਓ ਤਵਾ ਗੋਬਿੰਦ ਸਿੰਘ ਨਾਮ ਕਹਾਉ ਅੱਜ ਮੌਕਾ ਹੈ ਅੱਜ ਮੈਂ ਇੱਕ ਇੱਕ ਸਿੱਖ ਨੂੰ 1.25 ਲੱਖ ਦੇ ਨਾਲ ਲੜਾਉਣਾ ਹੈ ਗੱਜ ਕੇ ਆਖੋ ਸਤਨਾਮ ਕੀ ਵਾਹਿਗੁਰੂ ਜੀ ਤੇ ਸਾਧ ਸੰਗਤ ਜੀ ਕੋ ਤੁਸੀਂ ਕੇ ਦਰਕਾਰ ਹੋਣਗੇ ਕਿਵੇਂ ਪਿਆਰ ਦੇ ਵਿੱਚ ਆ ਕੇ ਬਾਜਾਂ ਵਾਲੇ ਸਤਿਗੁਰੂ ਆਪਣੇ ਸਿੰਘਾਂ ਦੇ ਵਿੱਚ ਜੋਸ਼ ਭਰਦੇ ਹੋਣਗੇ ਆਓ ਮੈਂ 2 ਮਿੰਟ ਆਪ ਜੀ ਦੇ ਚਰਨ ਝਾੜ ਕੇ
ਹੇ ਜਿਹੜੇ ਢਾਡੀ ਸਿੰਘ ਨੇ ਉਹਨਾਂ ਪਾਸੋਂ ਸਰਪਣ ਕਰਿਓ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਾ
ਮਹਾਰਾਜ ਨੇ ਬੁੱਕਰ ਤੇ ਲਿਆ ਚੜ ਪਿਆ ਸਹਿਬ ਅਜੀਤ ਸਿੰਘ ਹੱਥ ਪਕੜ ਭਵਾਨੀ ਉਹਦੇ ਮੂੰਹ ਤੇ ਲਾਲੀ ਟਣਕਦੀ ਟੁੱਲ ਰਹੀ ਜਵਾਨੀ ਉਹਨੇ ਚੁਣ ਚੁਣ ਮਾਰੇ ਸੂਰਮੇ ਡਾਢੇ ਭਵਾਨੀ ਉਹਨੇ ਧਾਰਿਆ ਰੂਪ ਵਿਰਾਟ ਜਗ ਜਾਪੇ ਫਾਨੀ ਉਹ ਕਰਨੀ ਚਾਹੁੰਦਾ ਮੌਤ ਨਾਲ ਰੱਜ ਵੀ ਮਨਮਾਨੀ ਹੱਸ ਸ਼ਹੀਦੀ ਪਾ ਗਿਆ ਅਜੀਤ ਪਿਆਰਾ ਉਦੋਂ ਕਲਗੀ ਵਾਲੇ ਪਾਤਸ਼ਾਹ ਸੱਡਿਆ ਜੈਕਾਰਾ ਧੰਨਵਾਦ ਹੈ ਰੱਬ ਦੇ ਪਿਆਰਿਆਂ ਦਾ ਪਹਿਲਾਂ ਮੁਰਥਲੇ ਦੀਵਾਨ ਸੀ ਫਿਰ ਕੱਲਰ ਭੈਣੀ ਜਾਣਾ ਸੀਗਾ ਮਹਾਂਪੁਰਖਾਂ ਤੋਂ ਆਗਿਆ ਲੈਣੀ ਸੀ ਵੀ ਆਊਂਗਾ ਜ਼ਰੂਰ ਭਾਵੇਂ ਲੇਟ ਹੋ ਜਾਵਾਂ ਸਾਧ ਸੰਗਤ ਢਾਡੀ ਸਿੰਘਾਂ ਤੋਂ ਹੱਥ ਜੋੜ ਕੇ ਮਾਫ਼ੀ ਵੀ ਮੰਗਦੇ ਹਾਂ ਤੁਹਾਡਾ ਸਮਾਂ ਤੁਸੀਂ ਸਮਾਂ ਸੰਭਾਲੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇੱਥੇ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਰਖੁਰਦਾਰ ਸਿੰਘ ਜੀ ਗੌਸਲਾ ਵਾਲੇ ਇੱਕ ਕਵਿਤਾ ਵਾਸਤੇ ਸਾਡੇ ਗੁਰੂ ਪਿਆਰਿਆਂ ਨੇ ਬੇਨਤੀ ਕਰੀ ਹੈ ਸਮਾਂ ਜ਼ਰੂਰ ਧਿਆਨ ਚ ਰੱਖਿਓ ਭਾਈ ਸਤਿਗੁਰ ਦਾਤਾ ਰਹਿਮਤ ਕਰਨ ਮੈਂ ਆਪਣਾ ਸਮਾਂ ਤੁਹਾਨੂੰ ਛੱਡ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਸ਼ਾਂ ਦੇ ਬਚਨ ਕਰ ਦਿੱਤੇ ਕਿ ਰਹਿਮਤ ਕਰ ਦਿੱਤੀ ਪੂਰਨ ਰਹਿਮਤ ਸੋ ਆਓ ਇੱਕ ਵਾਰੀ ਦੋ ਪਿਆਰ ਦਾ ਸਬੂਤ ਕੋਈ ਵੀ ਰਸਨਾ ਫਤਿਹ ਤੋਂ ਬਾਕੀ ਗਾ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 35,000 ਸਿੰਘ ਸਿੰਘੜੀਆਂ ਇਹ ਸ਼ਹੀਦਾਂ ਦੀ ਯਾਦ ਵਿੱਚ ਮਹਾਂਪੁਰਸ਼ਾਂ ਵੱਲੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਅਤੇ ਜੋ ਵੀ ਰਾਗੀ ਢਾਡੀ ਮਹਾਂਪੁਰਸ਼ ਪਹੁੰਚੇ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਦਾਸ ਦਾ ਜੱਥਾ ਵੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਮਹਾਂਪੁਰਸ਼ਾਂ ਦਾ ਧੰਨਵਾਦ ਸਿੰਘਾਂ ਸਿੰਘੜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੁੱਲ ਮਕਲੂ ਕਾਲ ਦੇ ਰਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਰਹਿਮਤਾਂ ਦਾ ਸਾਗਰ ਹੈ ਕਿਰਪਾ ਕਰੀ ਆ ਸਾਰੀ ਦੁਨੀਆ ਕਿਉਂਕਿ ਭੁੱਲੀ ਭੜਕੀ ਦੁਨੀਆ ਹੈ ਸੋ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰੀਏ ਸੋ ਬੰਦਗੀ ਦੀ ਦਾਤ ਬੰਦਗੀ ਦੀ ਦਾਤ ਸਤਿਗੁਰੂ ਜੀ ਬੰਦਗੀ ਦੀ ਦਾਤ ਝੋਲੀ ਦੇ ਵਿੱਚ ਪਾ ਦਿਓ ਹੋਰ ਕੁਛ ਨਹੀਂ ਚਾਹੀਦਾ ਲਓ ਮੇਰੇ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਹੋਣੇ ਵਾਲਿਆਂ ਦਾ ਮਾਣ ਕਬ ਤੱਕ ਕਮਿਸ਼ਨ ਦਿੱਤਾ ਇਉਂ ਬੇਨਤੀਆਂ ਕਰਨਾ ਵੀ ਖੜੇ ਹਾਂ ਸਵਾਲੇ ਹੱਥ ਜੋੜ ਕੇ ਖੜੇ ਹਾਂ ਸਵਾਲੇ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਚ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨੇ ਮੋੜਿਆਂ ਦਾ ਮਾਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨੇ ਮੋੜਿਆਂ ਦਾ ਮਾਣ ਜਨਮ ਮਨੁੱਖ ਦਿੱਤਾ ਦਾਤਿਆ ਕਹੀਏ ਕਿਵੇਂ ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ਹਰ ਵੇਲੇ ਹੋ ਫਰਿਆਦ ਜੀ ਜਨਮ ਮਨੁੱਖ ਦਿੱਤਾ ਦਾਤਿਆ ਕਹੀਏ ਕਿਵੇਂ ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ਹਰ ਵੇਲੇ ਹੋ ਫਰਿਆਦ ਜੀ ਬੇਨਤੀ ਕਬੂਲ ਸੱਚੇ ਪਾਤਸ਼ਾਹ ਬੇਨਤੀ ਕਬੂਲ ਸੱਚੇ ਪਾਤਸ਼ਾਹ ਦਿਲਾਂ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨੇ ਮੋੜਿਆਂ ਦਾ ਮਾਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨੇ ਮੋੜਿਆਂ ਦਾ ਮਾਣ ਮਾਇਆ ਦੇ ਬੜਾਵੇ ਵਿੱਚ ਆਣ ਕੇ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪ
Thank you.
سجدے جو پڑھن پجاری سجدے
ਸਾਡੇ ਸਨਮਾਨ ਯੋਗ ਪਿਆਰੇ ਬੱਚਿਆਂ ਵੱਲੋਂ ਭੈਣਾਂ ਵੱਲੋਂ ਬੇਤਮਾਨਾ ਧੰਨਵਾਦ ਹੈ ਇਹਦੀ ਖਾਸ ਜੇ ਮੁਕਤ ਸੰਸਾਰ ਨੂੰ ਹੈ ਸੀ ਬੇਰੀ ਮਸਾਹਤਾ ਸੀ ਇੱਥੇ ਤਾਂ ਚੱਲੀ ਸ਼ਹੀਦ ਪਤਨੀ ਸ਼ਹੀਦ ਪਤੀ ਦੇ ਪੈਰ ਦੀ ਸਿੱਧ ਲੈ ਕੇ ਸ਼ਹੀਦ ਪਤਨੀ ਵੀ ਉਸੇ ਥਾਂ ਚੱਲੀ ਜਦੋਂ ਮਾਨ ਸਰੂਪ ਤੋਂ ਹੰਸ ਉੱਠੇ ਅਤੇ ਨਾਲ ਹੰਸਾਂ ਦੀ ਛਾਂ ਚੱਲੀ ਹੋ ਗਏ ਸ਼ਹੀਦ ਪੁੱਤਰ ਹੱਸ ਕੇ ਸ਼ਹੀਦ ਹੋ ਕੇ ਗੁਜਰੀ ਮਾਨ ਧੰਨਵਾਦ ਸ੍ਰੀ ਮਨ ਬਾਬਾ ਜਗ ਸਿੰਘ ਜੀ ਦਾ ਸੇਵਾ ਕਰਨ ਦਾ ਸਿੱਖ ਸੰਗਤਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਰੇ ਗੁਰੂ ਘਰ ਦੇ ਵਜ਼ੀਰਾਂ ਦਾ ਮਾਨ ਸਨਮਾਨ ਕਰਦੇ ਪਿਆ ਦੀਆਂ ਬਲਾ ਜਿੱਥੇ ਉਹਦੇ ਗਏ ਸੰਗਤ ਸੰਗਤ ਨੂੰ ਬਖਸ਼ ਜੋ ਬਲਾ ਹੁੰਦੇ ਪਾਉ ਬੰਦੇ ਕੱਢ ਗਿਆ ਕੋ ਮਹਾਰਾਜ ਜੀ ਸਮਾਪਤੀ ਦੇ ਉੱਤੇ ਆਪ ਜੀ ਨੂੰ ਸੁੰਦਰ ਮਾਪੇ
ਬੇਅੰਤ ਗੁਰਮੁਖ ਦਾ ਨਾਮ ਅਖਬਾਰਾ ਨੇ ਹਵਾਲੇ ਭੇਜੇ ਨੇ ਮਾਇਆ ਭੇਜੀ ਹੈ ਸਭਨੀ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਦਿੱਤਿਆਂ ਗੱਪਿਆਂ ਦੇ ਵਿੱਚੋਂ ਸਮਾਪਤੀ ਦੇ ਉੱਤੇ ਪੰਚਮ ਬੜਾ ਪ੍ਰਸ਼ਾਦਾ ਦੀਆਂ ਦੇਖਾਂ ਸਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਲੱਗਿਆ ਭੋਗ ਪਿਆਰੀ ਸੰਸੰਗ ਵਿੱਚ ਵਰਤੇ ਜੋ ਸਭੀ ਸੋ ਆਪ ਜੀ ਦੇ ਨਾਮ ਜਪੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਐਸੇ ਗੁਰੂ ਗਰੀਬ ਬ੍ਰਹਮਾ ਜੀ ਰਹਿਦੇ ਕਾਰਜ ਸਫਰੀ ਕਰ ਕੇ ਸੇਵਕਾਂ ਦੇ ਬਾਬਾ ਜੀਆਂ ਨੂੰ ਲੰਬੀਆਂ ਉਮਰਾਂ ਮੱਛੀਆਂ ਚੜ੍ਹਦੀਆਂ ਕਲਾ ਮੱਛੀਆਂ ਸਾਧਾਂ ਦੀਆਂ ਐਸ ਵੇਲੇ ਸੱਚੇ ਪਾਤਸ਼ਾਹ ਜੀਓ ਜੋ ਵੀ ਸੁਵਿਧਾ ਸਮੇਤ ਪਹੁੰਚੇ ਹਨ ਆਪਣੀ ਦਰਬਾਰ ਗੰਦ ਸਾਹਿਬ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਹੁਕਮ ਨਾਮੇ ਸੁਣਾ ਕੇ ਗੁਰਸੰਤਾਂ ਨੂੰ ਨਿਹਾਲ ਕਰੋ ਸੱਚੇ ਪਾਤਸ਼ਾਹ ਜੀਓ ਸੁੱਖ ਹੋਵੇ ਨਾਮ ਚਿੰਤਾ ਨਾਮ ਗੁਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਆਇਆ ਗਿਆ ਕਈ ਅਕਾਲ ਦੀ ਤਵੇ ਜਾਇਓ ਸਭ ਸਿੱਖਣ ਗੁਰੂ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਅਰਜੁ ਗ੍ਰੰਥੀ ਜੋ ਪ੍ਰਾਪਤ ਹੋ ਮਿਲ ਪਹੁੰਚ ਲੈ ਰਾਜ ਕਈ ਕਾ ਖਾਲਸਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਤਾਰਨ ਹਾਰ ਕੰਡਾ ਜਾ ਕੇ ਹਾਥ ਮੈਂ ਅਰਜੀ ਸੋਹੈ ਸੋ ਹਮਰੀ ਰਕਸ਼ਿਆ ਕਰੇ ਗੁਰ ਗਾਗੀ ਹਾਰ ਜੈ ਸੋ ਹਮਰੀ ਰਕਸ਼ਿਆ ਕਰੇ ਗੁਰ ਗਾਗੀ ਹਾਰ ਜੈ ਜੋ ਬੋਲੇ ਗੁਰ ਗੋਪਾਲ ਰਾਏ
जी